ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸੋਭਾ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਦੇ ਬਲ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਸ਼੍ਰੋਮਣੀ ਕਮੇਟੀ ਨੇ ਖੋਲ੍ਹਿਆ ਮੋਰਚਾ ਭਲਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਹੋਣਗੇ ਰੋਜ਼ ਪ੍ਰਦਰਸ਼ਨ ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ 6000 ਅੰਗਣਵਾੜੀ ਵਰਕਰਾਂ ਦੀਆਂ ਹੋਣਗੀਆਂ ਭਰਤੀਆਂ ਸੀਐਮਐਮਾਂ ਦੀ ਗੱਨਾ ਕਿਸਾਨਾਂ ਨੂੰ ਸੌਕਾਤ ਬਕਾਇਆ ਦੇ 100 ਕਰੋੜ ਰੁਪਏ ਹੋਰ ਜਾਰੀ ਆਉਦੇ ਦਿਨਾਂ ਦੌਰਾਨ ਪੰਜਾਬ 'ਚ ਹੋਵੇਗੀ ਬਰਸਾਤ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਕਿਹੜੀਆਂ ਪ੍ਰਾਪਰਟੀਆਂ ਦੇ ਕਿਰਾਏ ਤੇ ਲੱਗੇਗੀ ਜੀਐਸਟੀ ਜਾਣੋ ਸਰਕਾਰ ਦੇ ਨਿਯਮਾਂ ਬਾਰੇ ਆਜ਼ਾਦੀ ਦੇਸ਼ ਦੇ ਜਨਤਾ ਸਮਰਪਿਤ ਕੀਤੇ ਜਾਣ ਵਾਲੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਧਾ ਕੇ ਕੀਤੀ 100 ਮੰਗ ਘਟ ਹੋਣ ਕਾਰਨ ਕੱਚੇ ਤੇਲ ਦੀ ਕੀਮਤਾਂ ਵਿੱਚ ਗਿਰਾਵਟ ਕਰੋਨਾ ਤੋਂ ਚੀਨ ਹੋਇਆ ਪਰੇਸ਼ਾਨ ਕਈ ਸ਼ਹਿਰਾਂ 'ਚ ਲੋਕਡਾਊਨ ਲੋਕ ਘਰਾਂ 'ਚ ਕੈਦ ਆ ਜੇਲ੍ਹ ਤੋਂ ਬਾਹਰ ਆਉਂਦੇ ਹੀ ਮਨਜੀਠੀਆਂ ਨੇ ਚੰਨੀ ਤੇ ਸਿੱਧੂ ਤੇ ਸਾਦੇ ਨਿਸ਼ਾਨੇ ਐਲ ਆਈ ਸੀ 'ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਅੱਜੇ ਸਾਮਿਲੇ ਨਿਕਲਿਆ ਭਾਰਤੀ ਗ੍ਰੈਜੂਏਟ ਜਲਦੀ ਕਰਨ ਅਪਲਾਈ ਪੰਜਾਬ ਸਰਕਾਰ ਦੀ ਆਟਾ ਯੋਜਨਾ ਖੋਲੇਗੀ ਕਈਆਂ ਦੀ ਬੋਲ ਪ੍ਰਸ਼ਤ ਅਧਿਕਾਰੀਆਂ ਤੇ ਗਾ ਜਗਨੀ ਤਾ ਪੰਜਾਬ ਚ ਤਬਰੀ ਰੋਗ ਨਹੀਂ ਪਸ਼ੂ ਪਾਲਕਾਂ ਨੂੰ ਪਾਇਆ ਵਕਤ ਸਰਕਾਰ ਵੱਲੋਂ ਗਵਾਂਢੀ ਰਾਜਾਂ ਦੀਆਂ ਹੱਦਾਂ ਤਸੀਲ ਪੱਜੇਗਾਸ ਨੂੰ ਫਗਵਾੜਾ ਬਣੇਗਾ ਸਿਕੂ ਬਾਰਡਰ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਤਾਂ ਦੋਸਤੋ ਇਹ ਸੀਗੀਆਂ ਆਪਣੀ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਜੀ ਕਿ ਬੰਦੇ ਸਿੰਘਾਂ ਦੀ ਰਿਹਾਈ ਲਈ ਹੁਣ ਸ਼੍ਰੋਮਣੀ ਕਮੇਟੀ ਨੇ ਖੋਲਿਆ ਮੋਰਚਾ ਭਲਕੇ ਪੰਜਾਬ ਦੇ ਸਾਰੇ ਜ਼ਿਲ੍ਹੇ ਚ ਹੋਣਗੇ ਰੋਸ ਪ੍ਰਦਰਸ਼ਨ ਜੀਹਾਂ ਦੋਸਤੋ ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਜੀ ਭਲਕੇ ਮਿਤੀ ਜਣ ਕੇ ਅੱਜ 13 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਿਹੜਾ ਹੈੱਡਕੁਆਟਰ ਹੈ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਡਿਪਟੀ ਕਮਿਸ਼ਨਾਂ ਨੂੰ ਮੈਮੋਰੰਡਮ ਸੌਪੇ ਜਾਣਗੇ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਗਵਾਈ ਇਸ ਦੀ ਇਸ ਦੀ ਅਗਵਾਈ ਕਰਨਗੇ ਸਵੇਰੇ 9:30 ਵਜੇ ਸ਼ਹੀਦਰ ਬਾਦ ਸਾਹਿਬ ਦੇ ਬਾਹਰ ਪਲਾਜ਼ਾ ਤੋਂ ਡੀਸੀ ਦਫ਼ਤਰ ਨੂੰ ਰਵਾਨਗੀ ਹੋਵੇਗੀ ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ 6000 ਅਗਰਵਾੜੀ ਵਰਕਰਾਂ ਦੀਆਂ ਹੋਣਗੀਆਂ ਭਾਰਤੀਆਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਚ ਰੱਖੇ ਜ਼ੁਬਾਬ ਪਦੇ ਸਮਾਗੋ ਵਿੱਚ ਸੰਬੋਧਨ ਦਰਨ ਮੁੱਖ ਮੰਤਰੀ ਵੱਲੋਂ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਗਿਆ ਸੀਐਮ ਨੇ ਅੰਗਣਵਾੜੀ ਦੀਆਂ 6000 ਔਰਤਾਂ ਲਈ ਭਾਰਤੀਆਂ ਲਈ ਐਲਾਨ ਕੀਤਾ ਹੈ ਤੇ ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦੇ ਕਿਹਾ ਕਿ 6000 ਅੰਗਣਵਾੜੀਆਂ ਨੂੰ ਪੋਸਟਾਂ ਕੱਢਣ ਜਾ ਰਹੇ ਆ ਇਸ ਤੋਂ ਬਾਅਦ 6000 ਔਰਤਾਂ ਨੂੰ ਅੰਗਣਵਾੜੀ ਵਿੱਚ ਭਰਤੀ ਕੀਤਾ ਜਾਵੇਗਾ ਸੀਐਮ ਇੱਕ ਮਾਨ ਦੀ ਗੱਣਾ ਕਿਸਾਨਾਂ ਨੂੰ ਸਵਾਗਤ ਬਕਾਇਦੇ 100 ਕਰੋੜ ਰੁਪਏ ਹੋਰ ਜਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਗੱਣਾ ਕਿਸਾਨਾਂ ਦੇ ਬਕਾਇਆ ਦੇ 100 ਕਰੋੜ ਰੁਪਏ ਹੋਰ ਜਾਰੀ ਕਰ ਦਿੱਤੇ ਨੇ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਰਕਾਰੀ ਮੱਲਾਵਲ ਬਕਾਇਆ ਵਿੱਚੋਂ 100 ਕਰੋੜ ਰੁਪਏ ਹੋਰ ਜਾਰੀ ਕੀਤੇ ਹੁੰਦਾ ਦੇ ਕਿ ਪਿਛਲੇ ਦਿਨੀ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਮਾਨ ਨੇ 15 ਗਾਜ ਤੱਕ 100 ਕਰੋੜ ਹੋਰ ਜਾਰੀ ਕਰਨ ਦੀ ਗੱਲ ਆਖੀ ਸੀ ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਹੀ ਕਿਸਾਨਾਂ ਦੇ ਖਾਤੇ ਵਿੱਚ ਰਾਸ਼ੀ ਟਰਾਂਸਫਰ ਕੀਤੀ ਗਈ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਬਕਾਇਆ 92.59 ਕਰੋੜ ਰੁਪਏ 7 ਸਤੰਬਰ ਨੂੰ ਜਾਰੀ ਕੀਤੇ ਜਾਣਗੇ ਇਸ ਤੋਂ ਲਾ ਅੱਜ ਰਖੜੀ ਪੁੰਨਿਆ ਤੇ ਮੌਕੇ ਪਰਗੋਤਮਾਨ ਬਾਬਾ ਬਕਾਲਾ ਸਾਹਿਬ ਦਤਮਸਤਕ ਹੋਣ ਪੁੱਜੇ ਇੱਥੇ ਸੂਬਾ ਪ੍ਰਦੇਸ਼ ਸੰਭਾਗ ਨੂੰ ਸੰਬੋਧਨ ਕਰਦਿਆਂ ਭਗਵਾਨਤਮਾਨ ਨੇ ਪੰਜਾਬ ਦੀਆਂ ਔਰਤਾਂ ਨੂੰ ਰਖੜੀ ਦਾ ਤੋਹਫਾ ਦਿੱਤਾ ਉਹਨਾਂ ਅੰਗਣਵਾੜੀ ਚਾਹ 6000 ਨੌਕਰੀਆਂ ਕੱਢਣ ਦਾ ਐਲਾਨ ਕੀਤਾ ਮਾਨਯੋਗ ਹੈ ਕਿ ਇੱਕ ਦੋ ਮਹੀਨੇ ਵਿੱਚ ਹੀ ਅੰਗਣਵਾੜੀ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ ਇਸ ਦੀ ਨੋਟੀਫਿਕੇਸ਼ਨ ਵੀ ਜਲਦੀ ਹੀ ਕੱਢ ਦਿੱਤੀ ਜਾਵੇਗੀ ਆਉਣ ਦੇ ਦਿਨਾਂ ਦੌਰਾਨ ਪੰਜਾਬ 'ਚ ਹੋਵੇਗੀ ਬਰਸਾਤ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਪੰਜਾਬ 'ਚ 14 ਦਿਨਾਂ ਦੌਰਾਨ ਹਲਕੀ بارش ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਜੀ ਵੀਰਵਾਰ ਨੂੰ ਵੀ ਪੂਰਾ ਦਿਨ ਬੱਦਲ ਛਾਈ ਰਹਣਗੇ ਗੁਰਦਾਸਪੁਰ ਮਕੇਰੀਆਂ ਪਠਾਨਕੋਟ ਜਲੰਧਰ ਸਮੇਤ ਕਈ ਜਗ੍ਹਾ ਹਲਕੀ بارش ਹੋਈ ਸੂਬੇ ਵਿੱਚ ਅਜੇ 2 ਦਿਨ ਹੋਰ ਹਲਕੇ ਮੀਂਹ ਦੇ ਅਸਰ ਨੇ ਪੰਜਾਬੀ ਖੇਤੀ ਬੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾਕਟਰ ਆਪਉਨੀਤ ਕੌਰ ਕنگਰਾ ਮੁਤਾਬਕ ਆਉਣ ਦਿਨਾਂ ਦੌਰਾਨ ਹਲਕੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਹਾਲਾਂਕਿ ਜੁਲਾਈ ਮਹੀਨੇ ਦੌਰਾਨ ਵਧੀਆ ਬਰਸਾਤ ਹੋਈਏ ਦੂਜੇ ਪਾਸੇ ਹਿਮਾਚਲ ਵਿੱਚ ਬੁੱਧਵਾਰ ਰਾਤ ਤੋਂ ਹੋ ਰਹੀ ਤੇਜ਼ بارش ਕਾਰਨ ਭਾਰੀ ਤਬਾਹੀ ਹੋਈ ਹੈ ਕੁਲੂ ਦੀ ਦੇਵਤੀ ਪੰਚਾਇਤ ਇਲਾਕੇ ਵਿੱਚ ਬੱਦਲ ਫਟਣ ਨਾਲ ਪਹਾੜ ਦਾ ਮਲਬਾ ਕਿਸਕਰ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹਿਮਾਚਲ ਜ ਹਿਮਾਚਲ ਵਿੱਚ ਪੈ ਰਹੀ ਪਾਰੀ ਬਰਸਾਤ ਕਾਰਨ 5 ਐਨ ਐਚ ਸਮੇਤ ਸੈਗ ਦੇ ਦਰ ਵਾ ਸੜਕਾਂ ਬੰਦ ਹਨ ਹਿਮਾਚਲ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਵੀ ਮੀਂਹ ਦਾ ਅਲਰਟ ਦੱਸਿਆ ਜਾ ਰਿਹਾ ਹੈ ਕਿਹੜੀਆਂ ਪ੍ਰਾਪਰਟੀਆਂ ਦੇ ਕਿਰਾਏ ਤੇ ਲੱਗੇਗੀ GST ਜਾਣੋ ਸਰਕਾਰ ਦੇ ਨਿਯਮਾਂ ਬਾਰੇ ਸਰਕਾਰ ਨੇ ਹਾਲ ਹੀ ਵਿੱਚ ਟੈਕਸ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਨੇ ਹੁਣ ਤੁਹਾਨੂੰ ਅਜਿਹੀਆਂ ਕਈ ਚੀਜ਼ਾਂ ਤੇ GST ਦਾ ਭੁਗਤਾਨ ਕਰਨਾ ਹੋਵੇਗਾ ਜਿਨ੍ਹਾਂ ਨੂੰ ਪਹਿਲਾਂ ਟੈਕਸ ਤੋਂ ਛੋਟ ਦਿੱਤੀ ਗਈ ਸੀ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਕੁਝ ਅਫਵਾਹਾਂ ਚੱਲ ਰਹੀਆਂ ਨੇ ਕਿ ਕਿਰਾਏ ਦੀਆਂ ਜਾਇਦਾਦਾਂ ਤੇ ਕਿੰਨੇ ਪ੍ਰਸ਼ਤ GST ਲਗਾਇਆ ਜਾਵੇਗਾ ਕਿ ਕਿਰਾਏ ਦੇ ਮਕਾਨ ਤੇ ਜੀਐਸਟੀ ਲਾਗੂ ਹੋਵੇਗਾ ਜਾਂ ਨਹੀਂ ਸਰਕਾਰ ਨੇ ਕੁਝ ਗਨਸਪਸ਼ਟ ਕੀਤੀਆਂ ਨੇ ਕਿ ਕਿਹੜੀਆਂ ਜਾਇਦਾਦਾਂ ਤੇ ਟੈਕਸ ਦੇਣਾ ਹੋਵੇਗਾ ਤੇ ਕਿਸ ਤੇ ਨਹੀਂ ਸਰਕਾਰ ਦੀ ਤੱਥਾਂ ਦੀ ਜਾਂਚ ਕਰਨ ਵਾਲੀ ਵੈਬਸਾਈਟ ਪੀਆਈਬੀ ਨੇ ਇੱਕ ਟਵੀਟ ਵਿੱਚ ਇਸ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪੀਆਈਬੀ ਨੇ ਟਵੀਟ ਕੀਤਾ ਕਿ ਰਿਹਾਇਸ਼ੀ ਜਾਇਦਾਦ ਤੇ ਪ੍ਰਾਪਤ ਕੀਤਾ ਗਿਆ ਕਿਰਾਇਆ ਤਾਂ ਹੀ ਟੈਕਸ ਜੋਗ ਹੋਵੇਗਾ ਜੇਕਰ ਉਹ ਕਿਸੇ ਵਪਾਰਕ ਯੂਨਿਟ ਨੂੰ ਦਿੱਤਾ ਜਾਂਦਾ ਇਸ ਦੇ ਨਾਲ ਹੀ ਦੂਜੇ ਨੁਕਤੇ ਵਿੱਚ ਦੱਸਿਆ ਗਿਆ ਕਿ ਉਹਨਾਂ ਜਾਇਦਾਦਾਂ ਤੇ ਕੋਈ ਜੀਐਸਟੀ ਨਹੀਂ ਲੱਗੇਗਾ ਜੋ ਨਿੱਜੀ ਵਰਤੋਂ ਲਈ ਕਿਸੇ ਨਿੱਜੀ ਵਿਅਕਤੀ ਨੂੰ ਕਿਰਾਏ ਤੇ ਦਿੱਤੀਆਂ ਜਾਂਦੀਆਂ ਨੇ ਫਾਰਮ ਫਾਰਮ ਪ੍ਰੋਪਰਾਈਟਰ ਜਾਂ ਪਾਰਟਨਰ ਆਪਣੀ ਕਿਸੇ ਵੀ ਨਿੱਜੀ ਜਾਇਦਾਦ ਨੂੰ ਵਰਤੋਂ ਲਈ ਕਿਰਾਏ ਤੇ ਦੇ ਸਕਦਾ ਹੈ ਤੇ ਇਸ ਤੇ ਕੋਈ ਜੀਜੀ ਜੀਐਸਜੀ ਭੁਗਤਾਨ ਨਹੀਂ ਹੋਵੇਗਾ ਆਜ਼ਾਦੀ ਦੇਸ਼ ਤੇ ਜਨਤਾ ਨੂੰ ਸਮਰਪਿਤ ਕੀਤੇ ਜਾਣ ਵਾਲੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਧਾ ਕੇ ਕੀਤੀ 100 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਆਜ਼ਾਦੀ ਦੇਸ਼ ਵਿੱਚ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਕਲੀਨਿਕ ਸਮਰਪਿਤ ਕਰਨ ਦੀ ਪਹਿਲ ਕਦਮੀ ਨੂੰ ਅੱਗੇ ਵਧਾਉਂਦੇ ਪਹਿਲੇ ਪੜਾਅ ਲਈ ਹੁਣ ਉਹਨਾਂ ਦੀ ਗਿਣਤੀ ਵਧਾ ਕੇ ਸੋ ਕਰ ਦਿੱਤੀ ਗਈ ਹੈ ਇਸ ਬਰਦੀ ਜਾਣਕਾਰੀ ਦਿੰਦੇ ਸਿਤਮਾਨ ਤੇ ਚੇਤਨ ਸਿੰਘ ਜੋੜਾ ਮਾਜਰੇ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਅਚ ਪਦਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਵਚਨਬਾਤਾਂ ਨੂੰ ਪੂਰਾ ਕਰਨ ਵੱਲ ਇਹ ਪਹਿਲਾ ਕਦਮ ਹੈ ਉਹਨਾਂ ਕਿਹਾ ਕਿ ਸਿਹਤ ਵਿਭਾਗ ਇਸ ਪ੍ਰਮੁੱਖ ਸਕੀਮ ਨੂੰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹਨਾਂ ਕਲੀਨਿਕਾਂ ਨੂੰ ਸਾਰੇ ਢੰਗ ਨਾਲ ਚਲਾਉਣ ਲਈ ਲੋੜੀਂਦੇ ਸਟਾਫ, ਸਾਜ਼-ਸਮਾਨ ਅਤੇ ਬੁਨਿਆਦੀ ਢਾਂਚੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਮੰਤਰੀ ਨੇ ਦੱਸਿਆ ਕਿ ਆਜ਼ਾਦੀ ਦੇਸ਼ ਦੇ ਅਮਿਤ ਮਹਾਸਭ ਤਹਿਤ ਭੂਖੇ ਵਿੱਚ ਇਹ ਆਮ ਆਦਮੀ ਕਲੀਨਿਕ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੇ। ਮੰਗ ਘਟਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਸ਼ੁੱਕਰਵਾਰ ਨੂੰ ਕੱਚੇ ਤੇਲ ਦਾ ਵਾਜਦਾ 0.04 ਫੀਦੀ ਡਿਗ ਕੇ 7523 ਰੁਪਏ ਪ੍ਰਤੀ ਬੈਰਲ ਤੇ ਆ ਗਿਆ ਕਿਉਂਕਿ ਵਪਾਰੀਆਂ ਨੇ ਘੱਟ ਮੰਗ ਤੇ ਆਪਣੀ ਸਥਿਤੀ ਘਟਾਈ ਹੈ ਮਲਟੀ ਕਾਮੋਡੀਟੀ ਐਕਸਚੇਂਜ ਤੇ ਅਗਸਤ ਵਿੱਚ ਡਿਲੀਵਰੀ ਲਈ ਕੱਚੇ ਤੇਲ ਦੀ ਕੀਮਤ 3 ਰੁਪਏ ਜਾਂ 0.04 ਫੀਦੀ ਡਿਗ ਕੇ 7523 ਰੁਪਏ ਪ੍ਰਤੀ ਬੈਰਲ ਤੇ ਰਹੇਗੀ ਜਿਸ ਵਿੱਚ 4506 ਲਾਟ ਲਈ ਕਾਰੋਬਾਰ ਹੋਇਆ ਵਿਸ਼ਵ ਪੱਧਰ ਤੇ ਵੈਸਟ ਟੈਕਸਾਸ ਇਮਰੀ ਇੰਟਰਮੀਡੀਏਟ ਹੈ ਕਰੋੜ 0.12 ਫੀਦੀ ਵਾਰ ਕੇ 94.45 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰਿਆ ਸੀ ਤੇ ਨਿਊਯਾਰਕ ਚ ਬ੍ਰੈਡ ਕਰੋੜ 0.33 ਫੀਦੀ ਵਾਰ ਕੇ 99.93 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰਿਆ ਸੀ ਜਾਨਿ ਕਿ ਜੇ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਨੇ ਤਾਂ ਹੋ ਸਕਦਾ ਹੈ ਕਿ ਪੈਟਰੋਲ ਡੀਜ਼ਲ ਦੇ ਰੇਟ ਵੀ ਘਟ ਸਕਦੇ ਨੇ ਕਰੋਨਾ ਤੋਂ ਚੀਨ ਹੋਇਆ ਪਰੇਸ਼ਾਨ ਕਈ ਸ਼ਹਿਰਾਂ ਚ ਲੋਕਡਾਊਨ ਲੋਕ ਘਰਾਂ ਵਿੱਚ ਕੈਦ ਚੀਨ ਵਿੱਚ ਕਰੋਨਾ ਵਾਇਰਸ ਦੇ ਸਕਰਮਨ ਦੀ ਵਾਦੀ ਰਫ਼ਤਾਰ ਦਰਮਿਆਨ ਕੁਝ ਸ਼ਹਿਰਾਂ ਵਿੱਚ ਲਾਕਡਾਊਨ ਲਗਾਇਆ ਗਿਆ ਜੀ ਇਨਾਂ ਚੋਂ ਕੁਝ ਸਥਾਨ ਅਜੇ ਹੀ ਵੀ ਨੇ ਜਿੱਥੇ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ ਚੀਨ ਦੇ ਹੈਨਾਨ ਪ੍ਰਾਂਤ ਵਿੱਚ ਤਾਲਾਬੰਦੀ ਦੀ ਸਮਾਂ ਸੀਮਾ ਸ਼ੁੱਕਰਵਾਰ ਨੂੰ ਵਧਾ ਦਿੱਤੀ ਗਈ ਹੈ ਜਦੋਂ ਕਿ ਲਹਾਸਾ ਤਿੱਬਤ ਵਿੱਚ ਕਰੋਨਾ ਵਾਇਰਸ ਮਹਾਮਾਰੀ پابੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਸੀ ਦੱਸਣ ਜੋਗਾ ਕਿ ਚੀਨ ਵਿੱਚ ਮਹਾਮਾਰੀ ਨੂੰ ਲੈ ਕੇ ਡਾਇਨਾਮਿਕ ਕੋਵਿਡ ਜ਼ੀਰੋ ਪਾਲਿਸੀ ਦਾ ਪਾਲਣ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਜੇਕਰ ਕੋਰੋਨਾ ਦਾ ਇੱਕ ਵੀ ਮਾਮਲਾ ਸਾਹਮਣੇ ਆਉਂਦਾ ਤਾਂ ਇੱਥੇ ਸਖਤ ਚੌਕਸੀ ਵਰਤੀ ਜਾਂਦੀ ਹੈ ਇਸ ਵਿੱਚ ਲਾਕਡਾਊਨ ਨਵੇਂ ਦੇਸ਼ਾ ਨਿਰਦੇਸ਼ ਅਤੇ ਕੋਵਿਡ ਟੈਸਟਿੰਗ ਦੀ ਗਿਣਤੀ ਵਿੱਚ ਵਾਧਾ ਵਰਗੀਆਂ ਚੀਜ਼ਾਂ ਸ਼ਾਮਲ ਨੇ ਇਸ ਨੀਤੀ ਤਹਿਤ ਚੀਨ ਦੀਆਂ ਸਥਾਨਕ ਸਰਕਾਰਾਂ ਕੁਝ ਦਿਨਾਂ ਜਾਂ ਹਫ਼ਤੇ ਲਈ ਲਾਕਡਾਊਨ ਦਾ ਐਲਾਨ ਕਰ ਰਹੀਆਂ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਮਨਜੀਤਿਆ ਨੇ ਚੰਨੀ ਤੇ ਸਿੱਧੂ ਦੇ ਸਾਦੇ ਨਿਸ਼ਾਨੇ ਪੰਜਾਬ ਦੇ ਅਕਾਲੀ ਦਿਗਜ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਵਿਕਰਮਜੀਤਾ ਮਨਜੀਠੀਆ ਸਾਢੇ 5 ਮਹੀਨੇ ਬਾਅਦ ਪਟਿਆਲਾ ਜਲ ਤੋਂ ਬਾਹਰ ਆ ਕੇ ਮਰਜ਼ਾ ਦੇ ਜਰਨਲ ਕਹੇ ਜਾਣ ਵਾਲੇ ਮਨਜੀਠੀਆ ਦਾ ਉਹਨਾਂ ਦੇ ਸਮਰਥਕਾਂ ਨੇ ਜ਼ੋਰਦਾਰ ਸਵਾਗਤ ਕੀਤਾ ਮਨਜੀਠੀਆ ਨੂੰ ਬੁੱਧਵਾਰ ਸਵੇਰੇ ਹੀ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਉਹਨਾਂ ਖਿਲਾਫ ਪਿਛਲੀ ਕਾਂਗਰਸ ਸਰਕਾਰ ਨੇ ਡਰੱਗਸ ਦਾ ਕੇਸ ਦਰਜ ਕੀਤਾ ਸੀ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਬਗੈਰ ਨਾਲੇ ਉਹਨਾਂ ਨੇ ਸਾਬਕਾ ਸੀਐਮ ਚੰਜੀਤ ਅਤੇ ਨਵਜੋਤ ਸਿੱਧੂ ਤੇ ਨਿਸ਼ਾਨੇ ਸਾਦੇ ਨੇ LIC ਚ ਨੌਕਰੀ ਪ੍ਰਾਪਤ ਕਰਨ ਦਾ ਸਨ ਹਰੀ ਮੌਕਾ 80000 ਲਈ ਨਿਕਲੀਆਂ ਭਾਰਤੀਆਂ ਗ੍ਰੈਜੂਏਟ ਜਲਦੀ ਕਰਨ ਅਪਲਾਈ ਦੋਸਤੋ ਜੇਕਰ ਤੁਸੀਂ ਗ੍ਰੈਜੂਏਟ ਹੋ ਤੇ ਨੌਕਰੀ ਲੱਭ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਜੀ ਦਰਸਾਲ LIC ਹਾਊਸਿੰਗ ਫਾਈਨੈਂਸ ਲਿਮਟਿਡ ਨੇ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਲਈ ਬਹੁਤ ਸਾਰੀਆਂ ਅਸਾਮੀਆਂ ਦੀ ਭਰਤੀ ਕੀਤੀ ਹੈ ਜਿਸ ਲਈ ਉਮੀਦਵਾਰ ਅਦਕਾਰਤ ਵੈਬਸਾਈਟ lichousing.com ਤੇ ਜਾ ਕੇ ਅਪਲਾਈ ਕਰ ਸਕਦੇ ਨੇ ਇਹਨਾਂ ਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਜੋ 25 ਅਗਸਤ 2022 ਨੂੰ ਖਤਮ ਹੋਵੇਗੀ ਇਸ ਭਰਤੀ ਮਹਿੰਮ ਰਾਹੀਂ ਸਹਾਇਕ ਮੈਨੇਜਰ ਦੀਆਂ ਤੀਹ ਅਸਾਮੀਆਂ ਚ ਸਹਾਇਕ ਦੀਆਂ ਪੰਜਾ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਵਿਦਿਅਕ ਯੋਗਤਾ ਹੈ ਕਿ ਇਸ ਭਰਤੀ ਮਹਿੰਮ ਲਈ ਬਿਨੇ ਕਰਨ ਵਾਲਾ ਉਮੀਦਵਾਰ ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ ਵਿਦਿਅਕ ਯੋਗਤਾ ਨਾਲ ਸੰਬੰਧਤ ਹੋਰ ਜਾਣਕਾਰੀ ਲਈ ਉਮੀਦ ਅਦਕਤ ਵੈਬਸਾਈਟ ਦੀ ਮਦਦ ਵੀ ਲੈ ਸਕਦਾ ਹੈ ਜੇ ਗੱਲ ਕਰੀਏ ਉਮਰ ਸੀਮਾ ਦੀ ਤਾਂ ਉਮਰ ਸੀਮਾ ਹੈਗੀ ਹੈ ਜੀ 21 ਤੋਂ 40 ਸਾਲ ਚੋਣ ਕਿਸ ਤਰ੍ਹਾਂ ਹੋਵੇਗੀ ਇਸ ਬਾਰੇ ਦੱਸ ਦਿੰਦੇ ਹਾਂ ਜੀ ਇਹਨਾਂ ਅਹੁਦਿਆਂ ਤੇ ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ ਤੇ ਕੀਤੀ ਜਾਵੇਗੀ ਆਨਲਾਈਨ ਪ੍ਰੀਖਿਆ ਦਾ ਸਮਾਂ 120 ਮਿੰਟ ਦਾ ਹੋਵੇਗਾ ਜਿਸ ਵਿੱਚ 200 ਸਵਾਲ ਪੁੱਛੇ ਜਾਣਗੇ ਸਹਾਇਕ ਦੇ ਅਹੁਦੇ ਲਈ ਚੁਣੇਗਾ ਚੁਣੇਗੇ ਉਮੀਦਵਾਰ ਨੂੰ 33960 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜਦੋਂ ਕਿ ਸਹਾਇਕ ਮੰਤਜਰ ਅਹੁਦੇ ਲਈ ਉਮੀਦਵਾਰ ਨੂੰ ਕਰੀਬ 80000 ਰੁਪਏ ਤੱਕ ਤਨਖਾਹ ਜਿਹੜੀ ਦਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਦੀ ਆਟਾ ਯੋਜਨਾ ਖੋਲੇਗੀ ਕਈਆਂ ਦੀ ਪੂਲ ਪ੍ਰਸ਼ਾਸਨ ਅਧਿਕਾਰੀਆਂ ਤੇ ਗੱਲ ਡਿਗਣੀ ਤੈ ਭਗਵੰਤਮਾਨ ਸਰਕਾਰ ਵੱਲੋਂ ਸਮਾਰਟ ਰਸ਼ਨ ਕਾਰਡ ਧਾਰੀ ਪਰਿਵਾਰਾਂ ਨੂੰ ਆਟੇ ਦੀ ਹੋਮ ਡਿਲੀਵਰੀ ਪਹੁੰਚਾਉਣ ਸੰਬੰਧੀ ਯਤਨ ਜੰਗੀ ਪੱਧਰ ਤੇ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਸਤੰਬਰ ਮਹੀਨੇ ਤੱਕ ਕਾਰਤਾਰੀ ਪਰਿਵਾਰਾਂ ਨੂੰ ਯੋਜਨਾ ਤਹਿਤ ਦਿੱਤੀਆਂ ਜਾਣ ਵਾਲੀਆਂ ਆਟੇ ਦੀਆਂ ਥੈਲੀਆਂ ਦਾ ਲਾਭ ਮਿਲਣਾ ਤੈ ਹੈ ਇਥੋਂ ਤੱਕ ਅਹਿਮ ਗੱਲ ਉੱਭਰ ਕੇ ਸਾਹਮਣੇ ਆ ਰਹੀ ਕਿ ਯੋਜਨਾ ਦੇ ਸ਼ੁਰੂਆਤੀ ਦੌਰ ਵਿੱਚ ਹੀ ਪੰਜਾਬ ਭਾਰ ਚ ਸਰਗਰਮ ਫਾਰਜੀ ਕਾਰਤਾਰੀਆਂ ਦੇ ਚਿਹਰੇ ਤੇ ਪੈਨੇ ਮਖੌਟੇ ਉਤਰ ਸਕਦੇ ਨੇ ਯੋਜਨਾ ਮੁਤਾਬਕ ਆਟੇ ਦੀਆਂ ਥੈਲੀਆਂ ਨਾਲ ਭਰੀ ਗੱਡੀ ਸਿੱਧਾ ਹਰ ਕਾਰਤਾਰੀ ਦੇ ਘਰ ਪੁੱਜੇਗੀ ਤੇ ਗੱਡੀ ਤੇ ਸਲੋਗਨ ਲਿਖਿਆ ਹੋਵੇਗਾ ਕਿ ਇਹ ਸਿਰਫ ਗਰੀਬ ਪਰਿਵਾਰਾਂ ਲਈ ਹੈ ਜਿਸ ਕਾਰਨ ਆਂਗਵਾਂਚ ਰਹਿਣ ਵਾਲੇ ਪਰਿਵਾਰਾਂ ਚ ਯੋਗਨ લાભ ਲੈਣ ਵਾਲੇ ਫਾਰਦੀ ਕਾਰਤਾਰੀ ਦੀ ਪੋਲ ਖੁੱਲੇਗੀ ਤੇ ਸੰਪੰਨ ਪਰਿਵਾਰਾਂ ਨੂੰ ਸ਼ਰਮਿੰਦਗੀ ਉਠਾਉਣੀ ਪਵੇਗੀ ਪੰਜਾਬ ਦੇ ਤਫਰੀ ਰੋਗ ਨੇ ਪਸ਼ੂ ਪਾਲਕਾਂ ਨੂੰ ਪਾਇਆ ਵਕਤ ਸਰਕਾਰ ਵੱਲੋਂ ਗਵਾਂਡੀ ਰਾਜਾਂ ਦੀਆਂ ਹਦਾਸੀਲ ਪਸ਼ੂਆਂ 'ਚ ਫੈਲੇ ਤਫਰੀ ਰੋਗ ਨੇ ਕਿਸਾਨਾਂ ਖਾਸ ਤੌਰ ਤੇ ਪਸ਼ੂ ਪਾਲਕਾਂ ਨੂੰ ਵਕਤ ਪਾਰ ਦਿੱਤਾ ਲੰਪੀ ਸਕਿਨ ਦੇ ਨਾ ਨਾ ਜਾਣੇ ਜਾਂਦੇ ਇਸ ਰੋਗ ਦਾ ਕਾਤਮਾ ਹੋਂ ਤੱਕ ਪੰਜਾਬ ਸਰਕਾਰ ਨੇ ਗਵਾਂਧੀ ਰਾਜਾਂ ਨਾਲ ਲੱਗਦੀਆਂ ਸੂਬੇ ਦੀਆਂ ਹੱਦਾਂ ਸੀਮਿਤ ਕਰ ਦਿੱਤੀਆਂ ਨੇ ਤਾਂ ਜੋ ਇਹ ਰੋਗ ਹੋਰ ਨਾ ਰਾਜਾਂ ਤੱਕ ਨਾ ਅਪਰੇ ਤੇ ਉਧਰੋਂ ਇਧਰ ਵੀ ਕੋਈ ਰੋਗ ਯੁਕਤ ਪਸ਼ੂ ਨਾ ਆਵੇ ਇਸ ਦੇ ਨਾਲ ਹੀ ਦਾਜ ਵਿੱਚ ਹਾਲਾਤ ਉੱਤੇ ਨਜ਼ਰ ਰੱਖ ਲਈ ਮੰਤਿਆਂ ਨੇ ਇੱਕ ਟੀਮ ਵੀ ਕਾਇਮ ਕਰ ਦਿੱਤੀ ਗਈ ਹੈ ਪਸ਼ੂ ਰੋਗਾਂ ਦੇ ਮਾਹਿਰ ਮੰਤਰੀਆਂ ਦੀ ਟੀਮ ਦੀ ਪੂਰੀ ਮਦਦ ਕਰਦਿਆਂ ਜੇ ਤਰਨਤਾਰਨ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਤੇ ਫਾਲਕਾ ਜ਼ਿਲ੍ਹਿਆਂ ਦੇ ਪਸ਼ੂ ਵਦੇਰੇ ਪ੍ਰਾਤ ਹੁਣ ਕਰਨ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਰੋਗਾ ਹੋਰਨ ਸੁਪਤ ਪੰਜਾਬ ਵਿੱਚ ਅਸਦ੍ਰਣ ਇੱਕ ਵਧੀਆ ਖਬਰ ਵੀ ਆਈ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਸੱਚ ਨੇ ਤਫਰੀ ਰੋਗ ਦਾ ਟਾਕਰਾ ਕਰਨ ਲਈ ਵੈਕਸੀਨ ਤਿਆਰ ਕਰ ਲਈ ਹੈ 25 ਅਗਸਤ ਨੂੰ ਫਗਵਾੜਾ ਬਣੇਗਾ ਸਿੱਗੂ ਬਾਰਡਰ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਅੱਜ ਦੀ ਲਾਸਟ ਖਬਰ ਹੈ ਜੀ ਕਿ ਫਗਵਾੜਾ 슈ਗਰ ਮਿਲ ਮਾਲਕਾਂ ਵੱਲੋਂ ਗੰਨੇ ਦੀ 72 ਕਰੋੜ ਰੁਪਏ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਿੱਚ ਜੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਅਣਮਿਥੇ ਸਮੇਂ ਲਈ ਲਗਾਏ ਕੌਮੀ ਰਾਜਮਾਰਗਾਂ ਸਤਨਾਪੁਰਾ ਪੌਲ ਤੇ ਧਰਨੇ ਨੂੰ 31 ਜਥੇਬੰਦੀਆਂ ਦਾ ਸਵਾਰਥਨ ਹਾਸਲ ਹੋ ਗਿਆ ਸੰਜੁਕਤ ਕਿਸਾਨ ਮੋਰਚੀ ਦੀ 31 ਜਥੇਬੰਦੀਆਂ ਨੇ ਇਸ ਧਰਨੇ ਦੀ ਹਮਾਇਤ ਕਰਦੇ ਹੋਏ ਇੱਕ ਵਿਸ਼ੇਸ਼ ਮੀਟਿੰਗ ਫਗਵਾੜਾ ਦੇ ਗਿਆਨ ਸਰ ਗੁਰਦੁਆਰਾ ਸਾਹਿਬ ਸਤਨਾਪੁਰਾ ਫਗਵਾੜਾ ਵਿਖੇ ਕੀਤੀ ਹੈ ਇਸ ਦੀ ਜਾਣਕਾਰੀ ਦਿੰਦਿਆ ਹੋਇਆ ਰਲਦੂ ਸਿੰਘ ਮਾਨਸਾ ਮਨਜੀਤ ਸਿੰਘ ਰਾਏ ਕੁਲਦੀਪ ਸਿੰਘ ਵਜ਼ੀਰਪੁਰ ਫਰਮਾਨ ਸਿੰਘ ਸੰਧੂ ਬਲਜੀਤ ਸਿੰਘ ਗਰਮਿੰਦਰ ਸਿੰਘ ਪਟਿਆਲਾ ਕੁਲਵੰਤ ਸਿੰਘ ਅਮਰੀਤ ਸਿੰਘ ਬੁੱਧ ਸਿੰਘ ਨੀਦਰਸਿਆ ਕੀ ਸ਼ੁਕਰਵਾਨ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਤੌਰ ਤੇ ਕਿਸਾਨਾਂ ਦਾ ਗੰਨਾ ਮੇਲਾ ਵੱਲੋਂ ਬਕਾਇਆ 72 ਕਰੋੜ ਰੁਪਏ ਅਦਾ ਕਰਵਾਉਣ ਬਿਮਾਰੀ ਲੰਪਿਸਕਿਨ ਕਾਰਨ ਸੈਂਕੜੇ ਦੀ ਤਰ੍ਹਾਂ ਪਸ਼ੂਆਂ ਦੇ ਮਾਸ ਸੰਬੰਧੀ ਅਤੇ ਲਖੀਮਪੁਰ ਖੇਰੀ ਵਿਕੇ ਵਾਪਰੀ ਘਟਨਾ 'ਚ ਇਨਸਾਫ ਨਾ ਮਿਲ ਸੰਬੰਧੀ ਚਰਚਾ ਕੀਤੀ ਗਈ ਹੈ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਆਪਣੀ ਜਾਣਕਾਰੀ ਨੂੰ ਵਾਤਵਾਂਦਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦਲੀਏ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ